ਕਹਿੰਦੇ ਨੇ ਕਿ ਜੇਕਰ ਪਰਮਾਤਮਾ ਰਹਿਮਤ ਕਰੇ ਤੇ ਇਨਸਾਨ ਹਿੰਮਤ ਅਤੇ ਹੌਸਲੇ ਦੇ ਨਾਲ ਸੰਘਰਸ਼ ਕਰੇ ਤਾਂ ਕਿਸੇ ਵੀ ਮੰਜ਼ਿਲ ਨੂੰ ਪਾਉਣਾ ਮੁਸ਼ਕਿਲ ਨਹੀਂ ਹੈ। ਇਸ ਗੱਲ ਨੂੰ ਸੱਚਕਾਰ ਦਿਖਾਇਆ ਹੈ ਨਾਭਾ ਹਲਕੇ ਦੇ ਪਿੰਡ ਕਕਰਾਲਾ ਦੇ 35 ਸਾਲਾ ਨੌਜਵਾਨ ਸੁਖਵਿੰਦਰ ਸਿੰਘ ਸੁੱਖਾ ਨੇ। ਤੁਹਾਨੂੰ ਦੱਸ ਦਈਏ ਕਿ ਇਹ ਨੌਜਵਾਨ ਨਾ ਹੀ ਬੋਲ ਸਕਦਾ ਹੈ ਅਤੇ ਨਾ ਹੀ ਸੁਣ ਸਕਦਾ ਅਤੇ ਬਸ ਇਸ ਨੌਜਵਾਨ ਨੂੰ ਜਨੂੰਨ ਹੈ ਆਪਣੀ ਸਰੀਰਕ ਕਸਰਤ ਕਰਨ ਦਾ ਜੋ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਆਪਣਾ ਸਰੀਰ ਤਾਕਤਵਰ ਬਣਾਉਣ ਦਾ ਸ਼ੌਂਕ ਰੱਖਦਾ। ਇਸ ਨੌਜਵਾਨ ਨੇ ਬੇਹੱਦ ਗਰੀਬ ਹੋਣ ਦੇ ਬਾਵਜੂਦ ਜਿੱਥੇ ਆਪਣਾ ਪਰਿਵਾਰ ਦਾ ਪੇਟ ਪਾਲਿਆ ਉੱਥੇ ਹੀ ਬੇਹੱਦ ਮਿਹਨਤ ਦੇ ਸਦਕਾ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ। ਅੱਜ ਇਹ ਨੌਜਵਾਨ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਸੁਖਵਿੰਦਰ ਸਿੰਘ ਸੁੱਖਾ ਦੇ ਮਾਤਾ ਪਿਤਾ ਨੇ ਦੱਸਿਆ ਕਿ ਇਹ ਬਚਪਨ ਤੋਂ ਹੀ ਨਾ ਸੁਣ ਸਕਦਾ ਹੈ ਅਤੇ ਨਾ ਹੀ ਬੋਲ ਸਕਦਾ। ਇਸ ਦੇ ਬਾਵਜੂਦ ਘੱਟ ਖੁਰਾਕ ਦੇ ਨਾਲ ਵੀ ਮਿਹਨਤ ਦੇ ਸਦਕਾ ਇਸ ਨੇ ਮੁਕਾਮ ਹਾਸਲ ਕੀਤਾ ਜਿਸ 'ਤੇ ਸਾਨੂੰ ਮਾਣ ਹੈ। ਸੁੱਖੇ ਦੇ ਮਾਤਾ ਪਿਤਾ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਜੇਕਰ ਇਸ ਦੀ ਖੁਰਾਕ ਦਾ ਪ੍ਰਬੰਧ ਹੋ ਜਾਵੇ ਤਾਂ ਇਹ ਹੋਰ ਵੀ ਉਪਲਬਧੀਆਂ ਬੁਖਾਰ ਹੋ ਗਿਆ ਸੀ ਜੀ। 2-2.5 ਸਾਲ ਦੀ ਸੀਗੀ ਜੀ, ਭੱਜੀ ਫਿਰਦੀ ਸੀ ਅਤੇ ਬੁਖਾਰ 'ਚ ਹੋ ਗਿਆ ਸੀ ਜੀ। ਤੁਹਾਡਾ ਜਦੋਂ ਰਿਸ਼ਤਾ ਹੋਇਆ ਫਿਰ ਉਸ ਟਾਈਮ ਤੁਸੀਂ ਕੀ ਮਹਿਸੂਸ ਕੀਤਾ? ਮਹਿਸੂਸ ਤਾਂ ਜੀ ਹੈਗਾ ਵੀ ਆ ਹੈਗਾ ਵੀ ਨਹੀਂ, ਚਲੋ ਇਹ ਵੀ ਇਹੋ ਜਿਹੇ ਨੇ ਅਤੇ ਮੈਂ ਵੀ ਇਹੀ ਜੀ ਹਾਂ, ਬਸ ਵੀ ਉਸ ਕਰਕੇ ਚੱਲ ਹੋ ਗਿਆ ਵੀ ਚੱਲ ਦੋਨੇ ਕੱਢ ਲਵਾਂਗੇ ਜ਼ਿੰਦਗੀ ਜੀ। ਜਦੋਂ ਬੱਸ ਜਾਂਦੇ ਨੇ ਉੱਥੇ ਮਤਲਬ ਕਿਤੇ ਜਾਂਦੇ ਨੇ ਫਿਰ ਸਮੱਸਿਆ ਨਹੀਂ ਆਉਂਦੀ? ਉਹ ਤਾਂ ਜੀ ਇਹਨਾਂ ਨੂੰ ਪਤਾ ਹੋਊ ਵਿਚਾਰਿਆਂ ਨੂੰ ਵੀ ਕਿਵੇਂ ਜਾਂਦੇ ਨੇ ਔਰ ਕਿਵੇਂ ਆਉਂਦੇ ਨੇਗੇ, ਜਾਂ ਇਹਨਾਂ ਨੂੰ ਪਤਾ ਜੀ ਜਾਂ ਰੱਬ ਨੂੰ ਪਤਾ ਕਿਵੇਂ ਪਹੁੰਚਾਉਂਦੇ ਨੇਗੇ। ਨਹੀਂ ਬਸ ਤੁਸੀਂ ਲਿਖ ਕੇ ਦਿੰਦੇ ਹੋ? ਹਾਂਜੀ ਹਾਂ, ਐਡਰੈਸ ਲਿਖ ਕੇ ਦਿੰਦੇ ਹਾਂ ਜੀ, ਮੈਂ ਸਾਰਾ ਐਨ ਲਿਖ ਦਿੰਦੇ ਹਾਂ ਜੀ। ਫਿਰ ਬਾਕੀ ਜੇ ਕਿਸੇ ਨੂੰ ਦਿਖਾਉਂਦਾ ਤਾਂ ਉਹ ਅਗਲਾ ਅਗਾਹਾਂ ਦੀ ਗਾਹਾਂ ਦੱਸ ਦਿੰਦਾ ਵੀ ਆਹ ਬਸ ਚੜ੍ਹ ਜਾ, ਆਪੇ ਵਗ ਜਾਂਦੇ ਨੇ। ਲੋਕਡਾਊਨ 'ਚ ਫਿਰ ਜਦੋਂ ਕੰਮ ਕਾਰ ਬੰਦ ਸੀ ਕਿਵੇਂ ਗੁਜ਼ਾਰਾ ਚੱਲਿਆ? ਫਿਰ ਜੀ ਮੈਂ ਆਪਦਾ ਸਿਲਾਈ ਕਰਦੀ ਸੀਗੀ, ਸਿਲਾਈ ਦੇ ਸਿਰੋਂ ਚਲਾਇਆ ਜੀ। ਹੁਣ ਤੱਕ ਤਾਂ ਸਿਲਾਈ ਦੇ ਸਿਰੋਂ ਚਲਾਇਆ ਜੀ, 2-2.5 ਸਾਲ ਹੋ ਗਏ ਬੰਦ ਹੋਏ ਨੂੰ ਇਹਨਾਂ ਨੇ ਖੇਡਾਂ। ਹੁਣ ਤੱਕ ਬਸ ਜੀ ਮੈਂ ਆਪਦੇ ਸਮਾਈ ਸਮੂਈ ਕਰਦੀ ਤੀ, ਉਹਦੇ ਕਰਕੇ ਬਸ ਚੱਲੀ ਗਿਆ। ਕੀ ਸਰਕਾਰ ਨੂੰ ਜਾਂ ਸਮਾਜ ਸੇਵੀ ਸੰਸਥਾਵਾਂ ਨੂੰ ਕਹਿਣਾ ਚਾਹੁੰਦੇ? ਸਰਕਾਰ ਨੂੰ ਤਾਂ ਬਸ ਇਹੀ ਕਹਿਣਾ ਜੀ ਵੀ ਜੇ ਇਹਨੂੰ ਖੁਰਾਕ ਮਿਲ ਜਾਵੇ ਤਾਂ ਬਾਹਲੀ ਵਧੀਆ ਗੱਲ ਆ, ਚਲੋ ਇਹਨਾਂ ਦਾ ਕੁਛ ਬਣ ਜੂ, ਹੋਰ ਬਣ ਜੂ, ਸਰੀਰ ਗਾਹਾਂ ਦੀ ਗਾਹਾਂ ਚੜ੍ਹਾਈ ਕਰਨ, ਆਪਦੀ ਤਰੱਕੀ ਵਧੇ, ਬਸ ਇਹੀ ਸਰਕਾਰ ਨੂੰ ਮਿਹਨਤ ਕਰਦਿਆਂ ਵੀ ਜੇ ਕੋਈ ਹੋ ਸਕੇ ਤਾਂ ਇਹਨਾਂ ਨੂੰ ਖੁਰਾਕ ਜੋਗੇ ਜੇ ਚੱਲ ਮਿਲ ਜਾਵੇ ਆਪਦਾ ਖਾ ਪੀ ਲਵੇ। ਹਾਂਜੀ, ਤੁਹਾਡਾ ਭਰਾ ਹੈ ਅੱਜ ਜਿਹੜਾ, ਇਹਦਾ ਨਾਮ ਹੈ ਜਿਹੜਾ ਕਾਫੀ ਹੈ, ਕੀ ਤੁਹਾਨੂੰ ਮਾਣ ਹੈ? ਹਾਂਜੀ ਹਾਂ, ਸਾਨੂੰ ਬਹੁਤ ਮਾਣ ਹੈ ਆਪਣੇ ਵੀਰ 'ਤੇ। ਮੈਥੋਂ ਛੋਟਾ ਭਰਾ ਮੇਰਾ, ਅਤੇ ਬੜੀ ਖੁਸ਼ੀ ਹੁੰਦੀ ਆ, ਉਹਨੇ ਮਿਹਨਤ ਕਰਕੇ ਆਪਦਾ ਬਹੁਤ ਸੋਹਣਾ ਸਰੀਰ ਬਣਾਇਆ ਅਤੇ ਆਪਦੇ ਸਰੀਰ ਨੂੰ ਸਾਧਿਆ, ਅਤੇ ਇਹਦੇ ਫੈਨ ਬਹੁਤ ਨੇ, ਕਿਤੇ ਵੀ ਜਾਂਦਾ ਕਿੱਧਰ ਦੀ ਵੀ ਜਾਂਦਾ, ਅਤੇ ਇਹਨੂੰ ਘੇਰ ਘੇਰ ਕੇ ਇਹਦੇ ਨਾਲ ਫੋਟੋਆਂ ਖਿੱਚਦੇ ਨੇ। ਸਾਨੂੰ ਬਹੁਤ ਫਖਰ ਹੁੰਦਾ, ਬਹੁਤ ਮਾਣ ਹੁੰਦਾ ਵੀ ਮਿਹਨਤ ਕਰੀ ਆ ਤਾਂ ਇਹਦੇ ਇੰਨੇ ਫੈਨ ਨੇ। ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਜਾਂ ਹੋਰ? ਸਰਕਾਰ ਨੂੰ ਤਾਂ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਵਿਚਾਰਾ ਦੇਖੋ ਜੀ ਹੈਂਡੀਕੈਪਟ, ਇੱਕ ਤਰ੍ਹਾਂ ਦਾ ਵੀ ਬੋਲਦਾ ਨਹੀਂ ਹੈਗਾ ਨਾ ਇਹਨੂੰ ਸੁਣਦਾ, ਵੀ ਇਹਨੂੰ ਵੱਧ ਤੋਂ ਵੱਧ ਮਦਦ ਮਿਲਣੀ ਚਾਹੀਦੀ ਆ, ਅਤੇ ਇਹਨੂੰ ਕੋਈ ਜੋਬ ਜੁਬ ਮਿਲ ਜਾਵੇ ਜਾਂ ਆਪਣੇ ਇਹਦੀ ਮਦਦ ਇਹੋ ਜਿਹੀ ਕਰੀ ਜਾਵੇ, ਆਪਣੇ ਦੇਸ਼ ਦਾ, ਆਪਣੇ ਪੰਜਾਬ ਦਾ ਕੋਈ ਨਾਂ ਰੋਸ਼ਨ ਕਰੇ। ਦੇਖੋ ਬੋਡੀ ਬਿਲਡਰ ਦੇ ਵਿੱਚ ਵੀ ਬਹੁਤ ਨਾਂ ਰੋਸ਼ਨ ਹੁੰਦੇ ਨੇ, ਬਹੁਤ ਮੇਰੇ ਵੀਰ ਮੇਰੇ ਭਰਾਵਾਂ ਨੇ ਨਾਂ ਰੋਸ਼ਨ ਕਰਿਆ ਸਾਡੇ ਪੰਜਾਬ ਦਾ, ਵੀ ਇਸ ਤਰ੍ਹਾਂ ਹੀ ਜਿਵੇਂ ਇਹਦੀ ਮਿਹਨਤ ਇਹਨੂੰ ਥੋੜ੍ਹੀ ਜਿਹੀ ਮਦਦ ਮਿਲੇ ਨਾ ਸਰਕਾਰ ਵੱਲੋਂ ਤਾਂ ਇਹ ਆਪਣੇ ਦੇਸ਼ ਦਾ ਹੋਰ ਵੀ ਨਾਂ ਰੋਸ਼ਨ ਕਰ ਸਕਦਾ ਜੀ। ਚਾਰ ਲੜਕੀਆਂ ਨੇ ਜੀ, 3 ਮੁੰਡੇ ਨੇ ਜੀ, ਜਿਨ੍ਹਾਂ ਵਿੱਚੋਂ ਇੱਕ ਇਹ ਗੂੰਗਾ ਮੁੰਡਾ ਜੀ, ਇੱਕ ਪੋਲੀਏ ਵਾਲਾ। ਹਾਂਜੀ, ਬਚਪਨ ਤੋਂ ਹੀ ਇਸ ਤਰ੍ਹਾਂ ਹੀ ਆ ਜੀ, ਇਹ ਤਾਂ ਨਾ ਸੁਣਦਾ ਸੀ ਨਾ ਤਾਂ ਬੋਲਦਾ ਸੀਗਾ ਜੀ। ਇਹਨੂੰ ਸ਼ੌਂਕ ਕਦੋਂ ਪਿਆ? ਇਹ 12-13 ਸਾਲਾਂ ਦਾ ਸੀਗਾ ਜੀ, ਜਦੋਂ ਕਿ ਇਹ ਲੱਕੜ ਦਾ ਇੱਕ ਮੁੱਠਾ ਜਿਹਾ ਬਣਾ ਕੇ ਚੰਗੀ ਤਰ੍ਹਾਂ ਨਾਲ ਆਪਦੀ ਡੰਡ ਬੈਠਕਾਂ ਕੱਢਦਾ ਸੀਗਾ, ਇਸ ਤਰ੍ਹਾਂ ਵੀ ਮੈਂ ਘੁਲਿਆ ਕਰੂੰ, ਪਹਿਲਵਾਨ ਬਣੂੰਗਾ। ਪਹਿਲਵਾਨ ਬਣ ਲਈ ਇਹ ਬਹੁਤ ਆਪਦੀ ਸਿਹਤ ਵਧੀਆ ਬਣਾ ਲਈ ਜੀ। ਗਰੀਬੋ ਗਰੀਬੀ ਵਿੱਚ ਅਸੀਂ ਬਹੁਤ ਗਰੀਬ ਸੀਗੇ, ਚਲੋ ਗਰੀਬੀ ਦੇ ਵਿੱਚ ਆਏ ਆਪਦਾ, ਫਿਰ ਮੇਲਿਆਂ ਵਿੱਚ ਜਾਣ ਲੱਗ ਗਿਆ। ਪਹਿਲਾਂ ਘੁਲਦਾ ਵੀ ਸੀ? ਹਾਂਜੀ, ਘੁਲਣ ਲੱਗ ਗਿਆ ਸੀ। ਅਸੀਂ ਘੁਲਣ ਨਾਲ ਫਿਰ ਇਹਦੇ ਸੱਟ ਲੱਗੀ, ਸੱਟ ਤੋਂ ਬਾਅਦ ਫਿਰ ਇਹ ਬੋਡੀ ਬਿਲਡਰ ਆਪਦਾ ਨਾ ਹੋਣ ਲੱਗ ਗਿਆ ਵੀ ਮੇਰੀ ਬੋਡੀ ਹੋਈ ਇਹੀ ਜਿਹੀ ਬਣਾ ਲਈ, ਇਹਨੇ ਬਹੁਤ ਜ਼ਿਆਦਾ ਹੁਣ ਬਹੁਤ ਕਮਜ਼ੋਰ ਪੈ ਗਿਆ, ਹੁਣ ਇਸ ਦੇ ਕੋਲ ਕੋਈ ਖਾਣ ਪੀਣ ਦੀ ਕਮਜ਼ੋਰੀ ਆ ਬਹੁਤ। ਹੁਣ ਜਿਹੜਾ ਬੱਚਾ ਤੁਹਾਡਾ ਸੁੱਖਾ, ਇਹ ਮਤਲਬ ਜਿਹੜਾ ਸੁਣ ਨਹੀਂ ਸਕਦਾ ਬੋਲ ਨਹੀਂ ਸਕਦਾ, ਕਿਵੇਂ ਮਹਿਸੂਸ ਕਰਦੇ? ਇਹਦੀ ਜਿਹੜਾ ਬੋਲ ਨਹੀਂ ਸਕਦਾ ਸੁਣ ਨਹੀਂ ਸਕਦਾ,
ਵਿੱਚ ਵੈਸੇ ਇਕੱਲਾ ਇਹ ਨਹੀਂ ਹੈਗਾ ਅਤੇ ਇੱਕ ਮੁੰਡਾ ਮੇਰਾ ਹੈਂਡੀਕੈਪਟਨ ਵੀ ਹੈ ਜਿਹਦਾ ਸਾਨੂੰ ਮਹਿਸੂਸ ਹੋ ਰਿਹਾ ਦੂਸਰਾ ਇੱਕ ਇਹਦੀ ਭੈਣ ਹੈ ਉਹ ਵੀ ਕੰਨੋਂ ਬੋਲੀ ਹੈ ਅਤੇ ਮੂੰਹੋਂ ਸੁਣਦਾ ਬੋਲਦੀ ਨਹੀਂ ਇਸ ਕਰਕੇ ਅਤੇ ਸਾਡਾ ਸਮਾਂ ਜਿਹੜਾ ਘਰ ਦਾ ਮੀਆਂ ਬੀਬੀ ਦਾ ਬਹੁਤ ਦੁਖੀ ਉਹ ਲੰਘਿਆ ਵੈਸੇ ਹੁਣ ਤਾਂ ਲੰਘ ਲਿਆ ਜੋ ਕੁਛ ਹੋਣਾ ਸੀ ਹੋ ਲਿਆ ਹੁਣ ਜਵਾਨ ਹੋ ਗਏ ਬੱਚੇ ਅਤੇ ਜਿਹੜਾ ਸਾਡਾ ਸੁੱਖਾ ਬੋਡੀ ਬਿਲਡਰ ਹੈ ਇਹ ਜੀ ਬੋਡੀ ਬਿਲਡਰ ਸਿੱਖ ਗਿਆ ਗਾਹਾਂ ਦੀ ਗਾਹਾਂ ਜੀ ਇਹਨੂੰ ਕੋਈ ਪਰਮਾਤਮਾ ਵੱਲੋਂ ਇਹਨੂੰ ਖਿਆਲ ਹੋ ਗਿਆ ਬੋਡੀ ਬਿਲਡਰ ਲੱਗ ਗਿਆ ਜੀ ਕਰਨ ਬੋਡੀ ਬਿਲਡਰ ਦੀ ਪੂਰੀ ਚੜ੍ਹਾਈ ਕਰ ਲਈ ਜੀ ਇਸ ਨੇ ਚੜ੍ਹਾਈ ਕਰਕੇ ਜੀ ਤਾਂ ਫਿਰ ਲੋਕਡਾਊਨ ਆ ਗਏ ਵਿੱਚ ਇਹਦੀ ਲੋਕਡਾਊਨ ਕਰਕੇ ਕੰਮ ਖੜ੍ਹ ਗਏ ਜੀ ਖੜ੍ਹਨ ਦੇ ਕਾਰਨ ਇਹਦੀ ਖੁਰਾਕ ਘੱਟ ਗਈ ਘਟਣ ਦੇ ਕਾਰਨ ਜੀ ਇਹ ਕਿੱਥੇ ਤਾਂ ਪੂਰਾ ਨਰੋਆ ਤਿਆਰ ਸੀ ਇਹ ਤੁਸੀਂ ਦੇਖੋ ਵੀ ਪਹਿਲਾਂ ਦੇਖਿਆ ਵੀ ਹੋਊਗਾ ਵਿੱਚ ਹੁਣ ਦੇਖ ਵੀ ਲਿਓ ਵੀ ਇਹਦੀ ਕਿੰਨੀ ਸਿਹਤ ਤਿਆਰ ਸੀ ਅਤੇ ਹੁਣ ਉਹ ਲੋਕਡਾਊਨ ਕਰਕੇ ਜੀ ਇਹਦੀ ਖੁਰਾਕ ਗਈ ਘੱਟ ਘਟਣ ਕਰਕੇ ਹੁਣ ਇਹ ਥੋੜ੍ਹਾ ਜਿਹਾ ਲਿੱਸਾ ਪੈ ਗਿਆ ਹੱਥ ਬੰਨ ਕੇ ਸਾਡੀ ਬੇਨਤੀ ਇਹੀ ਹੈ ਗੌਰਮੈਂਟ ਨੂੰ ਵੀ ਸਾਡੇ ਬੱਚੇ ਵਾਸਤੇ ਕੁਛ ਨਾ ਕੁਛ ਖਰਚਾ ਪਾਣੀ ਦਿਓ ਅਤੇ ਸਾਨੂੰ ਹੋਰ ਪੈਸੇ ਦੀ ਕੋਈ ਲੋੜ ਨਹੀਂ ਹੈਗੀ ਵੀ ਸਾਨੂੰ ਖਰਚੇ ਜੋਕਰਾ ਸਾਨੂੰ ਇਹਦੇ ਖਰਚਾ ਚਲਾਉਣ ਜੋਕਰਾ ਖਾਣ ਖੁਰਾਕ ਜੋਕਰਾ ਸਾਨੂੰ ਇਹਨੂੰ ਦੇਣ ਲੈਣ ਕਰ ਦਿਓ ਸਾਡਾ ਆਵਾਜ਼ੀ ਕੰਮ ਟੀਵੀ ਲਈ ਨਾਭਾ ਤੋਂ ਪੱਤਰਕਾਰ ਤਰੁਣ ਮਹਿਤਾ ਦੀ ਰਿਪੋਰਟ।